لجپال نسلا تار دے 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 علی دے لال نے لجپال نسلا تار دے 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 قدم دیا کر کے نظر قدم دیا کر کے نظر پات سوار دے 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 علی دے لال نے لجپال نسلا تار جڑا کھاندا ہے پنج دربار دے صدقہ ہاتھ چوک کے کہے گا پال نسلا تار دے دے لجپال نسلا تار دے 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 علی دے لال نے لجپال نسلا تار دے 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 قدم دیا کر کے نظر قدم دیا کر کے نظر پاک سوار دے 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 علی دے لال نے لجپال کون کون کھاندا ہے صدقہ اللہ دا ہاتھ کدی کسے دا محتاج نہ ہوئے جڑا ہاتھ چکے گئے نسلا تار دے دے علی دے لال نے لجپال نسلا تار دے دے نے قدم دیا کر کے نسلا قدم دیا کر کے نسلا پات سوار دے دے نے علی دے لال نے لجپال نسلا تار دے 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 علی دے لال نے لجپال نسلا تار دے دے نسلا لجپال نسلا تار دے دے علی دے لال نے لجپال لجپال نسلا تار دے 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 علی دے لال نے لجپال نسلا تار دے 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 دو ہزار اٹھ چ ایک کلام پڑھیا سی احمد رضا بھائی اوندا ایک مصرا پوری دنیا چ بڑا مقبول ہویا پوری دنیا چ مشہور ہویا نا چیر نے جدوں اے پڑھیا تے میں سمجھنا اے بالکل میرے واسطے تے گل بالکل ٹھیک لکھی اے تے جیدے واسطے گل ٹھیک لکھی ہوے نا اپنے نال دے نوں چیک نہ کرے اپنے اندر ویکھے میں جیڑی ہستی دا نام لینا اے اسی انہاں دا صدقہ کھانے آ تے جیڑا میرا مصرا سن کے بھی نہ بولیا اج دی رات تو بولن نہیں لگا اس سانو چیک کرن آ گیا ہاں میں زہرا پاک دے بچیا میں زہرا پاک دے بچیا دلچ پانی سد کے جا میں زہرا پاک دے بچیا دلچ پانی کوئی ایک بار مگدا ہے کوئی ایک بار مگدا
ਹੋਈ ਇੱਕ ਵਾਰ ਮੰਗਦਾ ਏ ਉਹ ਸੌ ਸੌ ਵਾਰ ਦੇਦੇ ਨੇ ਸਹਾਰਾ ਪਾਕ ਦੇ ਬੱਚਿਆ ਦਿਲ ਚਪਾਲੀ ਹੱਥ ਖੜਾ ਕਰਕੇ ਲਾਹੌਰ ਤੋਂ ਦੋ ਮਹਿਮਾਨ ਨੇ ਉਹਨਾਂ ਨੂੰ ਪਤਾ ਚੱਲੇ ਤੁਹਾਡਾ ਜ਼ੋਕ ਕੈਸਾ ਹੈ ਕਿਉਂਕਿ ਮੈਂ ਤੁਹਾਡਾ 2 ਸਾਲ ਪਹਿਲੇ ਮੈਂ ਇੱਥੇ ਪੜ੍ਹ ਕੇ ਗਿਆ ਮੈਨੂੰ ਤੁਹਾਡਾ ਜ਼ੋਕ ਯਾਦ ਹੈ ਮੈਂ ਸ਼ਹਿਨਸ਼ਾਹ ਵਫਾ ਦੀ ਗੱਲ ਕਰਨ ਲੱਗਾ ਜਿਨ੍ਹਾਂ ਨੇ ਦੀਨ ਦੀ ਖਾਤਰ ਆਪਣੇ ਬਾਜ਼ੂ ਕਟਵਾਏ ਉਹਨਾਂ ਦਾ ਨਾਮੇ ਨਾਮੀ ਜਦੋਂ ਵੀ ਆਵੇ ਨਾ ਭਾਵੇਂ ਕਿਸੇ ਦੇ ਹੱਥਾਂ 'ਚ ਤਾਕਤ ਹੋਵੇ ਜਾਂ ਨਾ ਹੋਵੇ ਕੋਸ਼ਿਸ਼ ਕਰਿਆ ਕਰੋ ਉਹਨਾਂ ਦੇ ਨਾਂ 'ਤੇ ਬਾਜ਼ੂ ਖੜੇ ਕਰਨ ਦੀ ਕਿਉਂਕਿ ਜਿਹੜਾ ਬਾਜ਼ੂ ਖੜੇ ਕਰਦੇ ਉਹਨਾਂ ਦੇ ਨਾਂ 'ਤੇ ਉਹਦਾ ਹੱਥ ਕਦੀ ਕਿਸੇ ਦਾ ਮੁਹਤਾਜ ਨਹੀਂ ਹੋਇਆ ਉਹ ਕਿਸੇ ਦੇ ਅੱਗੇ ਹੱਥ ਕਦੀ ਨਹੀਂ ਫੈਲਾਉਂਦਾ ਉਹਦੀ ਰੱਬ ਝੋਲੀ ਫੜਦਾ ਤੇ ਮਿਸਰਾ ਸੁਣੋ ਸ਼ਹਿਨਸ਼ਾਹ ਵਫਾ ਦੀ ਗੱਲ ਹੋ ਲੱਗੀ ਹੈ ਤੇ ਜਿਹੜਾ ਨਹੀਂ ਬੋਲਿਆ ਉਹ ਵੀ ਕਹੇਗਾ ਤੂੰ ਮੰਗਿਆ ਪਾਸ ਦੇ ਕੋਲੋ ਤੂੰ ਮੰਗਿਆ ਪਾਸ ਦੇ ਕੋਲੋ ਸਖੀ ਦੱਸਣੇ ਦਾ ਸਦਕਾ ਤੂੰ ਮੰਗਿਆ ਪਾਸ ਦੇ ਕੋਲੋ ਸਖੀ ਦੱਸਣੇ ਦਾ ਸਦਕਾ ਤੇ ਉਸ ਵੇਲੇ ਤੇ ਉਸ ਵੇਲੇ ਤੇ ਉਸ ਵੇਲੇ ਮੌਲਾ ਗਾਜ਼ੀ ਉਸ ਵੇਲੇ ਮੌਲਾ ਗਾਜ਼ੀ ਅਲੰਬਰ ਦੇ ਦੇਣੇ ਤੇ ਉਸ ਵੇਲੇ ਮੌਲਾ ਗਾਜ਼ੀ ਅਲੰਬਰ ਦੇ ਦੇਣੇ ਤੂੰ ਮੰਗਿਆ ਪਾਸ ਦੇ ਕੋਲੋ ਸਖੀ ਦੇਣ ਦਾ ਸਦਕਾ ਤੂੰ ਮੰਗਿਆ ਪਾਸ ਦੇ ਕੋਲੋ ਸਖੀ ਦੇਣ ਦਾ ਸਦਕਾ ਉਸ ਵੇਲੇ ਤੇ ਉਸ ਵੇਲੇ ਮੌਲਾ ਗਾਜ਼ੀ ਤੇ ਉਸ ਵੇਲੇ ਮੌਲਾ ਗਾਜ਼ੀ ਅਲੰਬਰ ਦੇ ਦੇਣੇ ਅਲੀ ਦੇ ਲਾਲ ਨੇ ਲਜਪਾਲ ਨਸਲਾ ਪੜ੍ਹਨਾ ਸ਼ੁਰੂ ਕੀਤਾ ਕਲਾਮ ਖਿਡਾਵਣ ਵਾਸਤੇ ਲਾਲਾ ਨੂੰ ਚੁੱਕ ਕੇ ਆਪਣੇ ਮੋਢਿਆਂ ਤੇ ਖਿਡਾਵਣ ਵਾਸਤੇ ਲਾਲਾ ਨੂੰ ਚੁੱਕ ਕੇ ਆਪਣੇ ਮੋਢਿਆਂ ਤੇ ਸੋਹਣੇ ਗਸਨੇ ਨੂੰ ਝੂਲੇ ਸੋਹਣੇ ਯਾਰ ਦੇ ਦੇਣੇ ਸੋਹਣੇ ਹਸਨੈਨ ਨੂੰ ਝੂਲੇ ਸੋਹਣੇ ਹਸਨੈਨ ਨੂੰ ਝੂਲੇ ਖੁਦਾ ਦੇ ਯਾਰ ਦੇ ਦੇਣੇ ਸੋਹਣੇ ਹਸਨੈਨ ਨੂੰ ਝੂਲੇ ਖੁਦਾ ਦੇ ਯਾਰ ਇੱਕ ਵਾਰੀ ਹੱਥ ਛੋਕੇ ਅਲੀ ਦੇ ਲਾਲ ਨੇ ਲਜਪਾ